ਹੈਲੋ ਗਾਇਜ਼, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਸੋ ਅੱਜ ਦਾ ਵਲੌਗ ਮੈਂ ਸ਼ੇਅਰ ਕਰਨ ਲੱਗੀ ਹਾਂ ਤੁਹਾਡੇ ਨਾਲ। ਸੋਰੀ, ਮੈਂ ਹਿੰਦੀ 'ਚ ਨਹੀਂ ਬੋਲਾਂਗੀ, ਬਿਕੋਜ਼ ਆਈ ਐਮ ਨੋਟ ਦੈਟ ਕੰਫਰਟੇਬਲ ਇਨ ਹਿੰਦੀ। ਸੋ ਪੰਜਾਬੀ ਵਿੱਚ ਹੀ ਗੱਲ ਕਰਾਂਗੀ ਮੈਂ। ਸੋ ਆਈ ਜਸਟ ਫਿਨਿਸ਼ਡ ਅਪ ਮੇਕਿੰਗ ਦਿਸ ਵੀਡੀਓ। ਆਈ ਵਿਲ ਰੀਫੋਰਮ ਇਟ ਇਨ ਟੂ ਬੋਲਸ ਲਾਈਕ ਦਿਸ। ਵਾਟਰ ਕ੍ਰੰਬਲ ਕੀਤੀ ਹੈ ਮੈਂ ਇਹ। ਸੋ ਲਾਈਕ ਦਿਸ, ਆਈ ਵਿਲ ਰੀਫੋਰਮ ਦਿਸ ਫੁੱਲ ਮਿਕਸਚਰ ਇਨ ਟੂ ਬੋਲਸ। ਓਕੇ, ਦਿਸ ਇਜ ਰੀਫੋਰਮਿੰਗ ਐਂਡ ਕ੍ਰਸ਼ਿੰਗ ਬਲੋਕ। ਮੈਨੂੰ ਨਹੀਂ ਪਤਾ ਇਹ ਵਲੌਗ ਕਿੰਨਾ ਕੁ ਬਣੂੰਗਾ, ਬਿਕੋਜ਼ ਆਈ ਥਿੰਕ ਕਿ ਮੇਰੇ ਫੋਨ ਦੀ ਸਟੋਰੇਜ ਫੁੱਲ ਹੋ ਜਾਣੀ ਹੈ, ਬਟ ਮੈਨੀਫੈਸਟਿੰਗ ਕਿ ਨਾ ਹੋਵੇ। ਸੋ ਜੇ ਤਾਂ ਮੇਰੀ ਸਟੋਰੇਜ ਫੁੱਲ ਹੋ ਗਈ, ਫਿਰ ਵੀ ਮੈਂ ਇਹ ਵਲੌਗ ਇੱਦਾਂ ਹੀ ਸ਼ੇਅਰ ਕਰ ਦਾਂਗੀ ਜਿੰਨਾ ਕੁ ਵੀ ਬਣੇਗਾ। ਸੋ ਪੀ ਕੋਪਰੇਟ। ਮੈਂ ਤੁਹਾਨੂੰ ਥੋੜ੍ਹੀ ਜਿਹੀ ਕ੍ਰਸ਼ਿੰਗ ਕਰਕੇ ਦਿਖਾਵਾਂਗੀ। ਅਰਸ਼ ਕੀ ਕਰਦੀ ਆ? ਜਦੋਂ ਕੋਈ ਅਚਾਨਕ ਆ ਜਾਂਦਾ ਮੈਨੂੰ ਸ਼ਰਮ ਆਉਣ ਲੱਗ ਪੈਂਦੀ ਹੈ। ਹੋਪਸ ਤੁਸੀਂ ਆਹ ਵੀਡੀਓ ਨੂੰ ਲਾਈਕ ਕਰੋ, ਰੀਫੋਰਮਿੰਗ ਪ੍ਰੋਸੈਸ ਇੰਜੋਏ ਕਰੋ, ਬਿਕੋਜ਼ ਇਹ ਲੇਜ਼ੀ ਟਾਈਪ ਦੇ ਰੀਫੋਰਮ ਹੈ। ਸਹੀ ਹੈ ਨਾ, ਇਹਨਾਂ 'ਚ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ। ਸੋ ਦਿਸ ਇਜ਼ ਕਾਲਡ ਲੇਜ਼ੀ ਰੀਫੋਰਮ ਫੋਰ ਮੀ। ਸੁਣਾਓ ਤੁਸੀਂ ਸਾਰੇ ਜਾਣੇ ਕਿੱਦਾਂ ਹੋ, ਕੀ ਚੱਲ ਰਿਹਾ ਤੁਹਾਡੇ ਸਾਰਿਆਂ ਦੀ ਲਾਈਫ ਵਿੱਚ? ਮੈਂ ਲਾਸਟ ਬੋਲ ਬਣਾਵਾਂਗੀ ਜਿੰਨੀ ਬਣ ਗਈ।
ਦੈਨ ਮੈਂ ਕਰਸ਼ਿੰਗ ਕਰਾਂਗੀ ਥੋੜ੍ਹੀ ਜਿਹੀ। ਓਕੇ ਇਹਨੂੰ ਇੱਦਾਂ ਹੀ ਮੈਂ ਇਸੇ ਬਾਊਲ ਦੇ ਵਿੱਚ ਡਰਾਈ ਹੋਣ ਦੇ ਲਈ ਛੱਡ ਦੇਣਾ ਆ। ਓਕੇ ਗਾਈਸ, ਮੈਨੂੰ ਦੱਸੋ ਕੌਣ ਕੌਣ ਬਿਗ ਬੋਸ ਦੇਖਦਾ ਵੀ ਆ ਐਂਡ ਸਪਲਿਟਸ ਵਿਲਾ ਆਲਸੋ। ਬਿਗ ਬੋਸ ਅਤੇ ਸਪਲਿਟਸ ਵਿਲਾ ਕੌਣ ਕੌਣ ਦੇਖਦਾ ਵੀ ਆ? ਹਾਂ, ਇੱਕ ਬਿਗ ਬੋਸ ਬਹੁਤ ਵੀਅਰਡ ਕਰਦਾ ਇਸ ਵਾਰੀ, ਇਹਨਾਂ ਨੇ ਸਲਮਾਨ ਖਾਨ ਨੂੰ ਚੇਂਜ ਕਰਤਾ ਆ ਐਂਡ ਕੰਟੈਸਟੈਂਟ ਕਿੱਦਾਂ ਦੇ ਲਿਆ ਯਾਰ, ਬੜਾ ਪੌਂਗਲ ਸੀਰੀਅਸਲੀ, ਇੰਨੇ ਸਟੈਂਡਰਡ ਲੋ ਹੋ ਗਿਆ ਬਿਗ ਬੋਸ ਦੇ। ਮਤਲਬ ਨਹੀਂ ਕਿ ਮਤਲਬ ਇਹ ਨਹੀਂ ਕਿ ਉਹਨੂੰ ਨਹੀਂ ਸੀ ਲੈਣਾ ਚਾਹੀਦਾ, ਮਤਲਬ ਉਹਦੀ ਅਚੀਵਮੈਂਟ ਕੀ ਹੈ ਜਿਹੜਾ ਉਹਨੂੰ ਲੈ ਕੇ ਆਉਂਦਾ ਆ? ਈਵਨ ਕਿ ਉਹ ਆਪਣੇ ਨਾਮ 'ਤੇ ਵੀ ਫੇਮਸ ਨਹੀਂ ਹੈਗੀ, ਲਾਈਕ ਆਪਣੇ ਚੈਨਲ ਤੋਂ ਵੀ ਫੇਮਸ ਨਹੀਂ ਹੋਈ, ਸਿਰਫ ਫੂਡ ਵਲੋਗਰਾਂ ਦੇ ਪੇਜਾਂ ਤੋਂ ਫੇਮਸ ਹੋਈ ਹੈ। ਸੋ ਦੈਟਸ ਦ ਥਿੰਗ। ਓਕੇ ਮੈਂ ਉਹਨੂੰ ਇੱਦਾਂ ਟਰਾਈ ਹੋਣ ਲਈ ਰਹਿਣ ਦੇਵਾਂਗੀ ਅਤੇ ਲੈਟਸ ਸੀ ਇੱਕ ਕੁਛ ਆਰਕੀਟੈਕਚਰ ਉਹਨਾਂ ਦੀ ਕਰੰਬਲਿੰਗ ਕਰਕੇ ਦੇਖਾਂਗੇ। ਮੈਂ ਸਿਰਫ ਵਲੋਗ ਵਾਸਤੇ ਬਚਾ ਕੇ ਰੱਖੇ ਸੀਗੇ, ਓ ਹੋ ਹੋ ਮੈਂ ਸਿਰਫ ਵਲੋਗ ਵਾਸਤੇ ਬਚਾ ਕੇ ਰੱਖੇ ਸੀਗੇ। ਸਟੈਂਡ 'ਤੇ ਮੈਂ ਫੋਨ ਲਾ ਕੇ ਫਿਕਰ ਬਹੁਤ ਜ਼ਿਆਦਾ ਗਰਮ ਨੇ ਬਟ ਟੈਕਸਚਰ ਬਹੁਤ ਵਧੀਆ ਆ, ਸੋਫਟ ਕ੍ਰਿਸਪੀ ਕਰੰਚੀ ਐਵਰੀਥਿੰਗ। Those flies are so irritating. Yeah. Okay. ਉਹ ਸਾਰਾ ਇੱਕ ਵੱਖਰਾ ਟੈਕਸਚਰ ਸੀਗਾ, ਇਹ ਜਿਹੜਾ ਮੈਂ ਸਾਰਾ ਕੁਝ ਕੀਤਾ ਇਹ ਸਾਰਾ ਵੱਖ ਵੱਖਰਾ ਟੈਕਸਚਰ ਸੀਗਾ, ਤਾਂ ਜਿਹੜਾ ਇਹ ਵੱਖਰਾ ਟੈਕਸਚਰ ਹੈ।
ਓ ਸ਼ਿਟ, ਡਰ ਗਈ ਮੈਂ ਸੀਰੀਅਸਲੀ। ਓਕੇ ਗਾਈਸ, ਤੁਹਾਨੂੰ ਬਾਕੀ ਵੀ ਦਿਖਾ ਦਿੰਦੀ ਹਾਂ। ਚੱਲ ਰਿਹਾ ਯਾਰ, ਮੱਖੀਆਂ ਨੂੰ ਬਹੁਤ ਤੰਗ ਕੀਤਾ ਆ। ਓਕੇ ਸੋ ਯੂ ਕੈਨ ਸੀ ਦ ਮੈਸ। ਓਕੇ ਇਹ ਵੀ ਮੇਰੇ ਕੋਲ ਕੁਝ ਉਹ ਪਿਆ, ਥੋੜ੍ਹੇ ਜਿਹੇ ਗ੍ਰੇ ਦੇ ਉਹ ਪਏ ਆ ਜਿਹੜੇ ਮੈਂ ਕੱਢੇ ਸੀਗੇ, ਅਤੇ ਇਹੀ ਜਸਟ ਸਾਫ ਨਿਕਲੇ ਸੀ, ਬਾਕੀ ਸਾਰਾ ਇਹ ਹਾਰਡ ਆ, ਸਾਰਾ ਹਾਰਡ ਆ ਇਹ ਵਾਲਾ। ਬਟ ਇਹ ਸਿਰਫ ਸੋਫਟ ਨਿਕਲੇ ਸੀ, ਸੋ ਆਈ ਵਾਂਟ ਟੂ ਕ੍ਰਸ਼ ਇਟ ਦਿਸ। ਸੋ ਹੋਪ ਯੂ ਇੰਜੋਏ। ਰੀਫੋਰਮ ਨਹੀਂ ਕੀਤਾ ਇਸ ਤੱਕ ਮੈਂ ਉਹ, ਬਟ ਉਹ ਸੋਫਟ ਆ ਇਸ ਕਰਕੇ ਮੈਂ ਇਹਨੂੰ ਵੀ ਉਹਦੇ ਵਿੱਚ ਹੀ ਮਿਕਸ ਕਰ ਦਾਂਗੀ, ਕਿਉਂਕਿ ਇੰਨਾ ਤਾਂ ਮੈਂ ਕੀ ਰੱਖਾਂ ਕਰਕੇ। ਸੋ ਨੈਕਸਟ ਵੀ ਹੁਣ ਟਰਸ਼ ਦੀਸ ਚੰਕਸ। ਸੋ ਇਹ ਇੱਕ ਡਿਫਰੈਂਟ ਬੈਚ ਸੀਗਾ, ਜਿਹੜੇ ਮੈਂ ਦੂਜੇ ਚੰਕਸ ਕਰਸ਼ ਕੀਤੇ ਸੇਮ ਇੱਦਾਂ ਦੇ ਸੀਗੇ, ਬਟ ਉਹ ਬੈਚ ਡਿਫਰੈਂਟ ਸੀਗਾ, ਇਹ ਥੋੜ੍ਹੇ ਕਰੰਚੀ ਨੇ, ਉਹ ਸੋਫਟ ਸੀਗੇ। ਸੋ ਫਸਟ ਆਫ ਆਲ ਛੋਟੇ ਤੋਂ ਸ਼ੁਰੂ ਕਰਦੇ ਹਾਂ, ਉਹ ਤਾਂ ਸੋਫਟ ਸੀਗੇ, ਬਹੁਤ ਵਧੀਆ ਸੀਗੇ ਉਹ। ਦੀਸ ਆਰ ਲਿਟਲ ਕਰੰਚੀ ਬਟ ਡਸਟ ਇਨਸੇਨ। ਮੇਰੇ ਫੋਨ 'ਚ ਵੀਡੀਓਜ਼ ਵੀ ਡਿਟ ਹੋਣੀਆਂ ਕਿ ਨਹੀਂ, ਕਿਉਂਕਿ ਮੈਂ ਤਿੰਨ ਵੀਡੀਓਜ਼ ਰਿਕਾਰਡ ਕਰਨੀ ਹੈ, ਦੋ ਵੀਡੀਓਜ਼ ਰਿਕਾਰਡ ਕਰਨੀ ਹੈ, ਇੱਕ ਫੋਨ ਆਪਣਾ ਵਲੋਗ ਰਿਕਾਰਡ ਕਰ ਲਿਆ। ਸੋ ਪਤਾ ਨਹੀਂ ਐਡਿਟ ਕਰਨ ਵਾਸਤੇ, ਡਾਊਨਲੋਡ ਕਰਨ ਵਾਸਤੇ ਹੁਣ ਮੈਨੂੰ ਕੀ ਡਿਲੀਟ ਕਰਨਾ ਮੈਂ ਆਪਣੇ ਫੋਨ 'ਚੋਂ, ਕਿੰਨੇ ਐਪਸ ਡਿਲੀਟ ਕਰਨੇ ਪੈਣੇ, ਈਵਨ ਕਿ ਮੈਨੂੰ ਇੰਨੇ ਐਪਸ ਹੈ ਵੀ ਨਹੀਂ ਹੈਗੇ, ਲਾਈਕ ਫਿਰ ਵੀ ਮੈਨੂੰ ਆਪਣੇ ਮੇਨ ਐਪ ਵੀ ਡਿਲੀਟ ਕਰਨੇ ਪੈਂਦੇ, ਲਾਈਕ ਵਟਸਐਪ ਐਂਡ ਵਟਸਐਪ ਐਂਡ ਸਨੈਪਚੈਟ ਨੂੰ, ਅਤੇ ਉਹ ਵੀ ਇੰਸਟਾਗ੍ਰਾਮ ਵੀ ਕਈ ਵਾਰ ਡਿਲੀਟ ਕਰਨਾ ਪੈਂਦਾ ਆ। ਇੱਕ ਵਾਰ ਤਾਂ ਮੈਂ ਯੂਟਿਊਬ ਸਟੂਡੀਓ ਤੱਕ ਡਿਲੀਟ ਕਰ ਦਿੱਤਾ ਹੈ ਯਾਰ, ਫਿਰ ਮੈਨੂੰ ਰੀਅਲਾਈਜ਼ ਹੋਇਆ ਕਿ ਮੈਂ ਮੋਨਟਾਈਜੇਸ਼ਨ ਕਿੱਦਾਂ ਔਨ ਕਰਨੀ, ਫਿਰ ਮੈਨੂੰ ਫਿਰ ਤੋਂ ਡਾਊਨਲੋਡ ਕਰਨਾ ਪਿਆ ਉਹ। ਦੈਟਸ ਇਟ। ਸੋ ਇੱਕ ਇਹ ਹੈ, ਇਹ ਇੱਕ ਔਰੇਂਜ ਮਿਕਸ ਐਂਡ ਉਹਨੂੰ ਕਿ ਕਿੱਦਾਂ ਦਾ ਨਿਕਲੂਗਾ ਹੁਣ, ਅਤੇ ਇੱਕ ਇਹ ਹੈ ਸੈਂਡ ਵਾਲਾ। ਲਾਸਟ ਟਾਈਮ ਮੈਂ ਸੈਂਡ
ਅਤੇ ਜਿਮ ਚੌਕ ਵਾਲਾ ਕਰੱਸ਼ ਕੀਤਾ ਸੀਗਾ। ਇਸ ਵਾਰੀ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਔਰੇਂਜ ਕਲਰ ਪਾ ਦਿੱਤਾ ਆ ਕਿ ਲੈਟਸ ਸੀ ਕਿ ਇਹਦਾ ਕੋਈ ਕਲਰ ਚੇਂਜ ਹੁੰਦਾ ਕਿ ਨਹੀਂ। ਯਾਰ ਬਹੁਤ ਗਰਮ ਹੈ। ਸੋ ਦੈਟਸ ਇਟ ਫੋਰ ਟੂਡੇ, ਯੂ ਕੈਨ ਸੀ ਦ ਮੈਸ। ਅਤੇ ਹੁਣ ਮੈਂ ਉਹ ਵੀ ਬਾਲਸ ਵੀ ਰੀਫਿਲ ਕੀਤੀਆਂ, ਉਹ ਵੀ ਰੱਖਣੀਆਂ ਇੱਥੇ ਲਿਆ ਕੇ, ਐਂਡ ਨਾ ਖਲਾਰਾ ਸਾਰਾ ਜਿਹੜਾ ਇਹ ਮੈਂ ਮੈਸ ਕਰਨੀ। ਅਤੇ ਇੱਕੋ ਜਿਹੜੇ ਚੰਕਸ ਪਏ ਮੈਂ ਤੁਹਾਨੂੰ ਉਹ ਵੀ ਦੱਸ ਦਿੰਦੀ ਹਾਂ ਯਾਰ। ਦੀਜ਼ ਆਰ, ਯੂ ਕੈਨ ਸੀ ਯਾਰ, ਬਹੁਤ ਜ਼ਿਆਦਾ ਹਾਰਡ ਨੇ। ਸੋ ਮੈਨੂੰ ਸਮਝ ਨਹੀਂ ਲੱਗ ਰਿਹਾ ਮੈਂ ਇਹਨਾਂ ਦਾ ਕੀ ਕਰਾਂ ਕੀ ਕਰਾਂ ਕੀ ਕਰਾਂ। ਸੋ ਦੈਟਸ ਇਟ ਫੋਰ ਟੂਡੇ, ਇਹੀ ਸੀਗਾ ਅੱਜ ਦਾ ਵਲੋਗ। ਸੋ ਹੋਪਸ ਤੁਸੀਂ ਸਾਰੇ ਜਣੇ ਇੰਜੋਏ ਕਰੋਗੇ ਇਸ ਵਲੋਗ ਨੂੰ, ਐਂਡ ਮਿਲਦੇ ਹਾਂ ਨੈਕਸਟ ਵਲੋਗ 'ਚ। ਅਤੇ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਅਤੇ ਓਕੇ, ਟਾਟਾ, ਬਾਏ ਬਾਏ। ਹਾਂ, ਮੇਰੇ ਨੇਲ ਸਿੱਖੋ ਕਿੰਨੇ ਗੰਦੇ ਲੱਗਣ ਦਿਓ। ਓਕੇ, ਬਾਏ ਬਾਏ।